ਸਤਿਦੇਵਾ ਜੀ, ਤੁਹਾਡੇ ਵੱਲੋਂ ਸਪੈਸ਼ਲ ਸਕੂਲ ਵੀ ਇੱਕ ਚਲਾਇਆ ਜਾ ਰਿਹਾ, ਉੱਥੋਂ ਦੇ ਬੱਚੇ ਵੀ ਬੜੇ ਭਾਗ ਲੈ ਕੇ ਆਏ ਨੇ ਖੇਡਾਂ ਦੇ ਵਿੱਚ। ਹਾਲ ਹੀ ਦੇ ਵਿੱਚ ਤੁਸੀਂ ਕੁਛ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕਰਕੇ ਆਏ ਹੋ। ਨਿਰਾਸ਼ਾ ਹੈ ਕਿਉਂਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾ ਰਹੇ ਹੋ, ਕਿਉਂਕਿ ਹਰਿਆਣਾ ਆਪਾਂ ਪੰਜਾਬ ਦੇ ਮੁਕਾਬਲੇ ਹਰਿਆਣਾ ਸਟੇਟ ਦੀ ਗੱਲ ਕਰੀਏ ਤਾਂ ਦੇਖੋ ਖਿਡਾਰੀਆਂ ਨੂੰ ਕਿਵੇਂ ਫੁੱਲਾਂ ਵਾਂਗ ਰੱਖਦੇ ਨੇ ਉਹ। ਦੂਜੇ ਪਾਸੇ ਆਪਾਂ ਜੇਕਰ ਪੰਜਾਬ ਦੀ ਗੱਲ ਕਰੀਏ ਉਹ ਤਾਂ ਵਿਚਾਰੇ ਆਪਾਂ ਕਹਿ ਸਕਦੇ 84 ਦੀ ਨੌਕਰੀ ਨੂੰ ਵੀ ਤਰਸਦੇ ਰਹਿੰਦੇ ਨੇ ਜੀ ਉਹ। ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਆਏ ਹੋ, ਕੀ ਉਹਨਾਂ ਨੇ ਕੋਈ ਸਲਾਹ ਮਸ਼ਵਰਾ ਕੀਤਾ? ਮੈਂ ਦੱਸਦਾ ਜੀ, ਬਿਲਕੁਲ ਮੈਨੂੰ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਅੱਜ ਦੀ ਤਰੀਕ 'ਚ ਅਸੀਂ ਇਹੀ ਗਿਣਦੇ ਰਹੇ ਹਾਂ ਵੀ ਟੋਟਲ ਹਰਿਆਣਾ ਜਿਹੜਾ ਸਪੋਰਟਸਮੈਨ ਵਾਸਤੇ ਜੇ ਇੰਡੀਆ ਦੀ ਗੱਲ ਕਰੀਏ ਤਾਂ ਸਵਰਗ ਹੈ ਜੀ। ਵਧੀਆ ਵਧੀਆ DSP ਜਿਹੜਾ ਓਲੰਪਿਕ ਸਕੇਲ ਕਹਿੰਦਾ ਆਉਂਦਿਆਂ, DSP ਡਾਇਰੈਕਟਰ ਲੈਵਲ ਦੀਆਂ ਪੋਸਟਾਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ, ਬਹੁਤ ਵਧੀਆ ਕੈਸ਼ ਅਵਾਰਡ ਵੀ ਦਿੱਤੇ ਜਾਂਦੇ ਆ। ਪੰਜਾਬ ਕਿਸੇ ਇਸ ਮਾਮਲੇ 'ਚ ਪਿੱਛੇ ਸੀ। ਪੰਜਾਬ ਅੱਜ ਤੋਂ ਜੇ 15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦੇਸ਼ 'ਚ ਨੰਬਰ 1 ਹੁੰਦਾ ਸੀ ਸਪੋਰਟਸ 'ਤੇ, ਇਸ ਵੇਲੇ 16ਵੇਂ ਨੰਬਰ 'ਤੇ ਹੈ। ਸਿਰਫ 15 ਸਾਲਾਂ 15 ਸਾਲਾਂ 'ਚ 1 ਤੋਂ 16ਵੇਂ ਨੰਬਰ 'ਤੇ ਆ ਗਿਆ, ਉਹ ਇੱਕ ਦਿਨ 'ਚ ਨਹੀਂ ਹੋਇਆ। ਇਹ ਹੌਲੀ 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 ਥੱਲੇ ਨਿਗਾਰ ਹੁੰਦਾ ਰਿਹਾ। ਸਾਡੇ ਜੇ ਆਪਾਂ ਟੋਟਲ ਕਰੀਏ ਤਾਂ ਪੰਜਾਬ ਦੇ ਵਿੱਚ 2300 ਪੋਸਟਾਂ ਨੇ ਟੋਟਲ ਕੋਚਿਸ ਦੀਆਂ, ਅਤੇ ਲੈ ਦੇ ਕੇ ਮੇਰਾ ਖਿਆਲ ਅਜੇ 300 ਵੀ ਨਹੀਂ ਹੋਣੇ। ਪੋਸਟ 2000 ਪੋਸਟਾਂ ਹੀ ਖਾਲੀ ਪਈਆਂ, ਕੋਚਿਸ ਦੀਆਂ ਹੈ ਨਹੀਂ। ਤੁਸੀਂ ਦੱਸਿਆ ਸਾਡੇ ਸਕੂਲ ਦਾ, ਅਸੀਂ 2013 ਸਾਡਾ ਬੱਚਾ ਓਲੰਪਿਕਸ ਦੇ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਆਇਆ, ਕੋਰੀਆ ਗਿਆ ਜੀ। ਸਾਨੂੰ ਸੀ ਵੀ ਜਿਹੜਾ ਓਲੰਪਿਕ ਤੋਂ ਜਿੱਤ ਕੇ ਆਇਆ ਤਾਂ ਉਹਨੂੰ ਕਰੋੜਾਂ ਰੁਪਏ ਦੇ ਇਨਾਮ ਮਿਲਦੇ ਆ, ਇਹਨੂੰ ਵੀ ਬੱਚੇ ਨੂੰ ਕੋਈ ਮਿਲੂਗਾ? ਉਹ ਸਾਨੂੰ ਕੁਛ ਨਾ ਮਿਲਿਆ। ਅਸੀਂ ਲੋਕਲ ਮੈਂਬਰ ਪਾਰਲੀਮੈਂਟ ਸੀਗੇ ਸਾਡੇ ਰਾਜ ਸਭਾ ਤੋਂ ਅਵਿਨਾਸ਼ ਰਾਏ ਖੰਨਾ ਸਾਹਿਬ, ਉਹਨਾਂ ਨੂੰ ਰਿਪ੍ਰੈਜੈਂਟੇਸ਼ਨ ਦਿੱਤੀ ਕੇਂਦਰ ਸਰਕਾਰ ਨੂੰ ਦੇਣ ਵਾਸਤੇ, ਅਤੇ ਸਾਡੇ ਤੀਕਸ਼ਣ ਸੂਦ ਜਿੱਥੇ ਹੁੰਦੇ ਸੀ ਪੰਜਾਬ ਸਰਕਾਰ 'ਚ, ਅਕਾਲੀ BJP ਸਰਕਾਰ ਸੀਗੀ, ਉਹਨਾਂ ਨੂੰ ਵੀ ਰਿਪ੍ਰੈਜੈਂਟੇਸ਼ਨ ਦਿੱਤੀ ਕੇਂਦਰ ਸਰਕਾਰ ਦੇ ਵਿੱਚ। ਖੰਨਾ ਸਾਹਿਬ ਨੇ ਪਾਰਲੀਮੈਂਟ 'ਚ ਸਵਾਲ ਪੁੱਛਿਆ, ਅਤੇ ਉਸ ਵੇਲੇ ਮਨਮੋਹਨ ਸਿੰਘ ਸਰਕਾਰ ਸੀਗੀ ਕਾਂਗਰਸ ਦੀ, ਉਹਨਾਂ ਨੇ ਰਿਟਨ ਰਿਪਲਾਈ ਦਿੱਤੀ ਸਾਨੂੰ, ਜਿਸ 'ਚ ਉਹਨਾਂ ਨੇ ਕਿਹਾ ਵੀ ਸਪੈਸ਼ਲ ਅਥਲੀਟ ਜਿਹੜੇ ਹੈਗੇ ਆ ਇਹਨਾਂ ਦੀ ਕੇਂਦਰ ਸਰਕਾਰ ਦੀ ਕੋਈ ਪੋਲਿਸੀ ਨਹੀਂ ਹੈਗੀ ਬਿਲਕੁਲ, ਲੇਕਿਨ ਅਸੀਂ ਜਲਦੀ ਬਣਾ ਦੇਵਾਂਗੇ। ਜਦੋਂ ਪਾਰਲੀਮੈਂਟ 'ਚ ਰਿਟਨ 'ਚ ਜਵਾਬ ਦਿੱਤਾ ਜਲਦੀ ਬਣਾ ਦੇਵਾਂਗੇ, ਦੈਟ ਮੀਨਸ ਜਿਹੜੀ ਕਮਿਟਮੈਂਟ ਕੀਤੀ ਉਹ 'ਤੇ ਐਕਸ਼ਨ ਵੀ ਹੋਊਗਾ, ਅਮਲ ਹੋਏਗਾ, ਅਮਲ ਸ਼ੁਰੂ ਹੋ ਗਿਆ। 14 'ਚ ਮਨਮੋਹਨ ਸਿੰਘ ਦੀ ਸਰਕਾਰ ਜਾਂਦੀ ਰਹੀ ਅਤੇ ਮੋਦੀ ਸਾਹਿਬ ਜਿਹੜੇ ਆ BJP ਦੀ ਸਰਕਾਰ ਆ ਗਈ, ਉਹੀ ਫਾਈਲ ਚੱਲਦੇ ਉਹ ਨੋਟੀਫਿਕੇਸ਼ਨ 2015 'ਚ ਆ ਗਏ। ਓਕੇ, 2000 ਨੋਟੀਫਿਕੇਸ਼ਨ ਆਉਣ ਨਾਲ ਕੀ ਹੋਇਆ, ਦੇਸ਼ ਦੇ ਸਾਰੇ ਜਿੰਨੇ ਵੀ ਸਪੋਰਟਸ ਸਪੈਸ਼ਲ ਅਥਲੀਟ ਸੀਗੇ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਸ਼ੁਰੂ ਹੋਇਆ, ਭਾਵੇਂ ਥੋੜ੍ਹਾ ਹੀ ਸਹੀ, 5 ਲੱਖ ਗੋਲਡ ਦਾ, 3 ਲੱਖ ਸਿਲਵਰ ਦਾ ਅਤੇ 1 ਲੱਖ ਬਰੋਂਜ ਦਾ। ਸ਼ੁਰੂਆਤ ਹੋ ਗਈ 2015 'ਚ, ਸ਼ੁਰੂਆਤ ਹੋ ਗਈ। ਅਤੇ ਪੰਜਾਬ ਸਰਕਾਰ ਨਾਲ ਮੇਰੀਆਂ ਪਰਸਨਲੀ ਮੇਰੀਆਂ 23 ਮੀਟਿੰਗਾਂ ਹੋਈਆਂ 2013 ਤੋਂ ਲੈ ਕੇ 2017 ਤੱਕ ਅਕਾਲੀ BJP ਸਰਕਾਰ ਨਾਲ, ਥੱਲੇ ਕਲਰਕ, ਸੁਪਰਡੈਂਟ, ਸਪੋਰਟਸ ਡਾਇਰੈਕਟਰ, ਸਪੋਰਟਸ ਸੈਕਟਰੀ ਸਾਰਿਆਂ ਨਾਲ ਉੱਪਰੋਂ ਤੋਂ ਲੈ ਕੇ ਥੱਲੇ ਤੱਕ ਮੈਂ 15-30 ਮਹੀਨੇ ਬਾਅਦ ਜਾ ਕੇ ਉੱਥੇ ਮੀਟਿੰਗਾਂ ਕਰਦਾ ਰਿਹਾ। ਉਹਨਾਂ ਨੂੰ ਮੈਂ ਹਰਿਆਣੇ ਦੀ ਪੋਲਿਸੀ ਦਿੱਤੀ, ਦਿੱਲੀ ਦੀ ਪੋਲਿਸੀ ਦਿੱਤੀ, ਫਿਰ ਰਾਜਸਥਾਨ ਦੀ ਦਿੱਤੀ, ਛੱਤੀਸਗੜ੍ਹ ਦੀ ਦਿੱਤੀ, ਅਤੇ ਨਾਲ ਕੰਪੈਰੀਜ਼ਨ ਲਈ ਨਾਲ ਪੰਜਾਬ ਦੀ ਪੋਲਿਸੀ ਦਿੱਤੀ ਵੀ ਸਾਰੀਆਂ ਸਟੇਟਸ ਜਿਹੜੀਆਂ ਇੰਡੀਆ ਦੀਆਂ ਹੈਗੀਆਂ ਉਹ ਸਪੈਸ਼ਲ ਅਥਲੀਟ ਦਾ ਵਿਸ਼ੇਸ਼ ਧਿਆਨ ਰੱਖਦੀਆਂ, ਲੇਕਿਨ ਪੰਜਾਬ ਸਰਕਾਰ ਉਹ ਬਿਲਕੁਲ ਆਪਣੇ ਹੱਕਾਂ ਤੋਂ ਵਾਂਝੇ ਆ ਬੱਚੇ। ਇਹ ਉਹ ਬੱਚੇ ਜਿਹੜੇ ਆਪਣੇ ਹੱਕ ਦੀ ਆਵਾਜ਼ ਵੀ ਨਹੀਂ ਉਠਾ ਸਕਦੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਡਾ ਹੱਕ ਮਾਰਿਆ ਜਾ ਰਿਹਾ। ਪੋਲਿਸੀ ਬਣ ਗਈ, ਡਰਾਫਟ ਬਣ ਗਿਆ 17 ਤੱਕ, 5 ਸਾਲਾਂ ਦੀ ਮਿਹਨਤ ਨਾਲ, ਲੇਕਿਨ ਉਹ 17 'ਚ ਸਰਕਾਰ ਚਲੇ ਗਈ, ਉਹ ਡਰਾਫਟ ਕਦੀ ਅਪਰੂਵ ਹੀ ਨਹੀਂ ਹੋਇਆ, ਉਹ ਠੰਡੇ ਬੱਸੇ 'ਚ ਪੈ ਗਿਆ। ਅਜੇ ਵੀ ਫਾਈਲਾਂ ਦਿੱਤੀਆਂ ਜੀ। ਹਾਂ, ਫਿਰ ਉਸ ਤੋਂ ਬਾਅਦ 17 'ਚ ਕੈਪਟਨ ਸਾਹਿਬ ਦਾ ਆਏ, ਫਿਰ ਅਸੀਂ ਕੈਪਟਨ ਸਾਹਿਬ ਦੇ ਉਹਨਾਂ ਦੀ ਸਰਕਾਰ ਦੇ ਮਗਰ ਲੱਗੇ ਰਹੇ, ਫਿਰ ਮੀਟਿੰਗਾਂ ਹੁੰਦੀਆਂ ਰਹੀਆਂ, ਉਹਨਾਂ ਨੇ ਪੋਲਿਸੀ ਤਾਂ ਬਣਾ ਦਿੱਤੀ, ਲੇਕਿਨ ਜਿਹੜੇ ਮੈਂ ਬੜਾ ਦੁੱਖ ਆ ਵੀ ਜਿਹੜੇ ਪੋਲਿਸੀ ਬਣਾਉਂਦੇ ਨਾ ਚੰਡੀਗੜ੍ਹ ਦਫ਼ਤਰ AC 'ਚ ਬਹਿ ਕੇ, ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਕੱਖ ਨਹੀਂ ਪਤਾ, ਮੈਜੋਰਟੀ ਲੋਕਾਂ ਨੂੰ ਜ਼ੀਰੋ। ਉਹਨਾਂ ਨੇ ਕੀ ਕੀਤਾ, ਪੋਲਿਸੀ ਪਾ ਦਿੱਤੀ ਵਿੱਚ ਲਿਖ ਦਿੱਤਾ ਜੀ ਪੈਰਾਲੰਪਿਕ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪੈਰਾਲੰਪਿਕ ਜਿਹੜੇ ਆ ਉਹ ਸਿਰਫ ਤੇ ਸਿਰਫ ਫਿਜ਼ੀਕਲੀ ਚੈਲੇਂਜ ਜਿਹੜੇ ਉਹ ਪੈਰਾਲੰਪਿਕ ਹੁੰਦੀ ਹੈ, ਡੈਫ ਬੱਚਿਆਂ ਦੀ ਸਪੈਸ਼ਲ ਡੈਫ ਬੱਚਿਆਂ ਦੀ ਡੈਫ ਓਲੰਪਿਕਸ ਹੁੰਦੀ ਹੈ, ਬਲਾਈਂਡ ਬੱਚਿਆਂ ਦੀ ਅਲੱਗ ਗੇਮਸ ਹੁੰਦੀਆਂ, ਜਿਹੜੇ ਇੰਟਲੈਕਚੁਅਲੀ ਡਿਸੇਬਲਡ ਆ ਉਹਨਾਂ ਦੀਆਂ ਜਿਹੜੀਆਂ ਗੇਮਸ ਹੁੰਦੀਆਂ ਉਹਨਾਂ ਨੂੰ ਸਪੈਸ਼ਲ ਓਲੰਪਿਕਸ ਕਿਹਾ ਜਾਂਦਾ। ਉਹ ਤਿੰਨੋਂ ਕੈਟਾਗਰੀਆਂ ਬਲਾਈਂਡ ਵੀ ਛੱਡ ਦਿੱਤੇ, ਹੀਰਿੰਗ ਪੇਡ ਵੀ ਛੱਡ ਦਿੱਤੇ, ਔਰ ਮੈਂਟਲੀ ਇੰਟਲੈਕਚੁਅਲੀ ਡਿਸੇਬਲਡ ਉਹ ਵੀ ਛੱਡ ਦਿੱਤੇ, ਸਿਰਫ ਤੇ ਸਿਰਫ ਪੈਰਾਲੰਪਿਕਸ ਆ ਗਏ, ਸਾਡੇ ਬੱਚਿਆਂ ਦਾ ਹੱਕ ਫੇਰ ਰਹਿ ਗਿਆ, ਸਾਡੀ 5 ਸਾਲ ਦੀ ਮਿਹਨਤ ਜਿਹੜੀ ਉਹ ਫਿਰ ਜ਼ੀਰੋ ਹੋ ਗਈ। 22 'ਚ ਹੁਣ ਸਰਕਾਰ ਆਈ ਆਮ ਆਦਮੀ ਪਾਰਟੀ ਦੀ, ਆਉਂਦਿਆਂ ਸਾਰ ਅਸੀਂ ਜਿਹੜੇ ਖੇਡ ਮੰਤਰੀ ਮੀਤਹਿਰ ਬਣੇ ਅਸੀਂ ਉਹਨਾਂ ਨੂੰ ਵਧਾਈਆਂ ਦਿੱਤੀਆਂ, ਅਤੇ ਨਾਲ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਾਨੂੰ 10 ਸਾਲ ਹੋ ਗਿਆ ਧੱਕੇ ਖਾਂਦਿਆਂ ਨੂੰ, ਸਾਡੀ ਗੱਲ ਸੁਣ ਲਓ। ਅਤੇ ਉਹ ਕਹਿੰਦੇ ਅਸੀਂ ਜਦੋਂ ਸਪੋਰਟਸ ਪੋਲਿਸੀ ਬਣਾਵਾਂਗੇ ਤਾਂ ਤੁਹਾਨੂੰ ਬੁਲਾ ਲਾਂਗੇ। ਚਲੋ ਉਹਨਾਂ ਨੇ ਆਪਣਾ ਵਧੀਆ ਕੀਤਾ ਵੀ ਪੋਲਿਸੀ ਬਣਾਉਣ ਲੱਗਿਆ, ਸਾਨੂੰ ਆਵਾਜ਼ ਮਾਰ ਲਈ, ਅਸੀਂ ਗਏ ਚੰਡੀਗੜ੍ਹ, ਉੱਥੇ ਸਾਡੀਆਂ ਮੀਟਿੰਗਾਂ ਹੋਈਆਂ, ਅਤੇ ਜੋ ਜੋ ਅਸੀਂ ਸੁਝਾਵ ਦਿੱਤੇ, ਤਾਂ ਮੈਨੂੰ ਖੁਸ਼ੀ ਆ ਵੀ ਜਿਸ ਤਰੀਕੇ ਨਾਲ ਮੈਂ ਸੁਝਾਵ ਦਿੱਤੇ ਇਨ ਬਿਨ ਸਾਰੇ ਹੀ ਉਹਨਾਂ ਨੇ ਲਾਗੂ ਕਰ ਦਿੱਤੇ।
ਔਰ ਇਸ ਵੇਲੇ ਮੇਰਾ ਚੈਲੰਜ ਇਹ ਹੈ ਜਿਹੜਾ ਮੈਂ ਮਾਨ ਸਾਹਿਬ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ 'ਚ ਉੱਥੇ ਚੰਡੀਗੜ੍ਹ 'ਚ ਕਹਿ ਕੇ ਆਇਆ ਸੀ, ਮੇਰਾ ਇੰਡੀਆ ਦੀ ਹਰ ਇੱਕ ਸਰਕਾਰ ਰਾਜ ਸਰਕਾਰ ਹੈਗੀ ਉਹਨੂੰ ਚੈਲੰਜ ਆ ਵੀ ਪੰਜਾਬ ਵਰਗੀ ਸਪੋਰਟਸ ਪਾਲਿਸੀ ਬਣਾ ਕੇ ਦਿਖਾਓ ਜੋ ਉਹਨਾਂ ਨੇ ਬਣਾ ਕੇ ਦਿੱਤੀ। ਮਿਹਨਤ ਰੰਗ ਲਿਆਈ ਹੈ, ਬਹੁਤ ਵਧੀਆ ਪਾਲਿਸੀ ਬਣਾਈ ਹੈ ਉਹਨਾਂ ਨੇ, ਉਹ 'ਚ ਕੀਤਾ ਕੀ ਆ, ਹਰਿਆਣਾ ਪਹਿਲਾਂ ਦਿੰਦਾ ਸੀ ਸਭ ਤੋਂ ਜ਼ਿਆਦਾ ਸਾਡੇ ਇੰਡੀਆ ਦੇ ਵਿੱਚ ਸਪੋਰਟਸ ਨੂੰ, ਸਪੈਸ਼ਲ ਓਲੰਪਿਕ ਦੀ ਮੈਂ ਗੱਲ ਕਰਾਂ ਤਾਂ ਕਿਉਂਕਿ ਮੈਂ ਜਿਸ ਫੀਲਡ ਨਾਲ ਰਿਲੇਟਡ ਹਾਂ ਮੈਂ ਉਹਦੀ ਗੱਲ ਕਰੂੰਗਾ। ਉੱਥੇ 20 ਲੱਖ ਗੋਲਡ ਦਾ ਦਿੱਤਾ ਜਾਂਦਾ, 15 ਲੱਖ ਸਿਲਵਰ ਅਤੇ 10 ਲੱਖ ਬਰੋਂਜ ਦਾ, ਇਹ 3 ਪ੍ਰਾਈਜ਼ ਉੱਥੇ ਦਿੱਤੇ ਜਾਂਦੇ। ਉਸ ਤੋਂ ਇਲਾਵਾ ਭੀਮ ਅਵਾਰਡ ਦਿੰਦੇ ਉਹ, ਇੱਕ 5 ਲੱਖ ਰੁਪਏ ਦਾ ਅਲੱਗ ਵੀ ਦਿੰਦੇ ਆ, ਜਿਹੜਾ ਆਊਟਸਟੈਂਡਿੰਗ ਸਪੋਰਟਸਮੈਨ ਹੈਗਾ ਉਹਨੂੰ ਇੱਕ ਉਹ ਦਿੰਦੇ ਆ। ਅਸੀਂ ਉਹ ਪੰਜਾਬ 'ਚ ਕੀ ਪਾਇਆ, 75 ਲੱਖ ਰੁਪਈਆ ਗੋਲਡ ਦਾ, 50 ਲੱਖ ਰੁਪਈਆ ਸਿਲਵਰ ਦਾ, ਔਰ 30 ਲੱਖ ਰੁਪਈਆ ਬਰੋਂਜ ਦਾ, ਮਤਲਬ ਕਿ ਤਿੱਗਣੇ ਪ੍ਰਾਈਜ਼ ਹੋ ਗਏ, ਤਿੱਗਣੇ ਤੋਂ ਵੀ ਉੱਪਰ। ਉਹ 20 ਲੱਖ ਆ, ਇੱਥੇ 75 ਲੱਖ ਆ, ਪੂਰੇ ਇੰਡੀਆ 'ਚ ਕਿਤੇ ਨਹੀਂ ਹੈਗਾ 5 ਲੱਖ ਤੋਂ ਉੱਪਰ, 10 ਲੱਖ ਤੋਂ ਉੱਪਰ ਕਿਤੇ ਨਹੀਂ ਹੈਗਾ। ਸਿਰਫ ਤੇ ਸਿਰਫ ਜਿਹੜਾ ਆਹ ਪੰਜਾਬ ਨੇ 75 ਲੱਖ ਰੁਪਈਆ ਕਰ ਦਿੱਤਾ, ਰਿਕਾਰਡ ਤੋੜਤਾ। ਹੋਰ ਸਭ ਤੋਂ ਵੱਡੀ ਗੱਲ, ਸਪੈਸ਼ਲ ਓਲੰਪਿਕ ਜਿਹੜੇ ਇੰਟਲੈਕਚੁਅਲੀ ਡਿਸੇਬਲ ਬੱਚੇ ਹੁੰਦੇ ਆ, ਇਹਨਾਂ ਦਾ ਇੱਕ ਇੰਟਰਨੈਸ਼ਨਲ ਲੈਵਲ 'ਤੇ ਰੂਲ ਹੈ, ਜਿਹੜਾ ਬੱਚਾ ਇੱਕ ਵਾਰੀ ਓਲੰਪਿਕਸ ਖੇਲ ਗਿਆ ਉਹ ਦੁਬਾਰਾ ਐਲੀਜੀਬਲ ਹੀ ਨਹੀਂ ਹੈ, ਦੁਬਾਰਾ ਓਲੰਪਿਕਸ ਨਹੀਂ ਖੇਲ ਸਕਦਾ, ਉਹਨੂੰ ਲਾਈਫ 'ਚ ਇੱਕੋ ਹੀ ਓਪਰਚੁਨਿਟੀ ਮਿਲਣੀ ਹੈ। ਓਕੇ, ਉਸ ਕੇਸ 'ਚ ਧਿਆਨ 'ਚ ਰੱਖਦੇ ਹਾਂ ਪੰਜਾਬ ਸਰਕਾਰ ਨੇ ਬਹੁਤ ਵਧੀਆ ਇੱਕ ਉਪਰਾਲਾ ਕੀਤਾ। ਇੱਕ ਬੱਚਾ ਚਲੇਗਾ ਓਲੰਪਿਕਸ, ਕੋਈ ਮੈਡਲ ਨਹੀਂ ਆਇਆ ਉਹਦਾ, ਉਹਨੂੰ ਵੀ 10 ਲੱਖ ਰੁਪਈਆ ਪਾਰਟੀਸਪੇਸ਼ਨ ਦਾ। ਇਹ ਬਹੁਤ ਵੱਡੀ ਅਚੀਵਮੈਂਟ ਜਿਹੜੀ ਕੀਤੀ ਆ। ਉਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਰ ਦਿੱਤਾ, ਉਹ ਖਾਲੀ ਸਿਰਫ ਸਪੈਸ਼ਲ ਅਥਲੀਟ ਨਹੀਂ, ਹਰ ਇੱਕ ਗੇਮ ਦੇਖ, ਜਿੰਨੇ ਵੀ ਗੇਮਸ ਹੁੰਦੀਆਂ ਓਲੰਪਿਕਸ ਦੀਆਂ, ਕੋਈ ਵੀ ਪੰਜਾਬ ਦਾ ਖਿਡਾਰੀ ਇੰਡੀਆ ਦੇ ਕੈਂਪ 'ਚ ਆ ਗਿਆ ਲੇਕਿਨ ਟੀਮ ਦਾ ਹਿੱਸਾ ਨਹੀਂ ਬਣ ਸਕਿਆ, ਪ੍ਰੋਬੇਬਲ 'ਚ ਆ ਗਿਆ ਜੀ, ਫਾਈਨਲ ਕੈਂਪ 'ਚ ਜਿੱਥੇ 30 ਪਲੇਅਰ ਰੱਖ ਲਏ ਅਤੇ ਬਾਅਦ ਵਿੱਚੋਂ ਸਿਲੈਕਟ ਹੋਏ 16, 14 ਵਾਪਸ ਭੇਜ ਦਿੰਦੇ। ਉਹਦੇ 'ਚ ਉਹਨਾਂ ਨੇ ਕੀ ਕਰ ਦਿੱਤਾ ਵੀ ਜਿਹੜਾ ਪ੍ਰੋਬੇਬਲ 'ਚ ਆ ਗਿਆ, ਟੀਮ ਦਾ ਹਿੱਸਾ ਨਹੀਂ ਬਣ ਸਕਿਆ, ਉਹਨੂੰ ਵੀ 8 ਲੱਖ ਰੁਪਈਆ, ਆਲਾ ਕਾਕਾ ਚੱਕ 8 ਲੱਖ ਰੁਪਈਆ, 4 ਸਾਲ ਮਿਹਨਤ ਕਰ ਅਗਲੀ ਵਾਰੀ ਟੀਮ 'ਚ ਆ। ਇਹ ਬਹੁਤ ਵੱਡਾ ਜਿਹੜਾ ਇਹ ਹੈਗਾ, ਇਹ ਪੂਰੇ ਇੰਡੀਆ 'ਚ ਕਿਸੇ ਹੋਰ ਕੋਈ ਸਟੇਟ ਨਹੀਂ ਦਿੰਦੀ। ਤੁਸੀਂ ਸੈਟੀਸਫਾਈਡ ਹੋ ਪੂਰਾ? ਹੁਣ ਮੈਂ ਪੂਰਾ 200% ਸੈਟੀਸਫਾਈ ਹਾਂ। ਇੱਕ ਉਹਨਾਂ ਨੇ ਬੜਾ ਅੱਛਾ ਕੀਤਾ, ਜਿਹੜਾ ਬਾਕੀ ਆਊਟਸਟੈਂਡਿੰਗ ਸਪੋਰਟਸ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਜਾਂਦਾ, ਕਿਸੇ ਨੇ ਕ੍ਰਿਕਟ 'ਚ ਬਹੁਤ ਜ਼ਿਆਦਾ ਹਰਭਜਨ ਸਿੰਘ ਨੇ ਕੀਤਾ ਪੰਜਾਬ ਦਾ, ਜਾਂ ਹੋਰ ਕੋਈ ਫੁੱਟਬਾਲਰ ਹੈ ਜਾਂ ਕੋਈ ਹਾਕੀ ਦਾ ਪਲੇਅਰ ਆ, ਕੋਈ ਓਲੰਪਿਕਸ 'ਚ ਜਿੱਤ ਕੇ ਆਇਆ, ਉਹਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਜਾਂਦਾ। ਇਸ ਵਾਰੀ ਹੁਣ ਕੀ ਕੀਤਾ, ਇੱਕ ਸਪੈਸ਼ਲ ਅਥਲੀਟ ਇੰਟਲੈਕਚੁਅਲ ਡਿਸੇਬਿਲਿਟੀ ਦਾ, ਉਹ ਵੀ ਉਹਨਾਂ ਅਵਾਰਡ ਵਿੱਚ ਨਾਲ ਸ਼ਾਮਿਲ ਕੀਤਾ ਗਿਆ। ਹਰ ਸਾਲ ਇੱਕ ਮਹਾਰਾਜਾ ਰਣਜੀਤ ਸਿੰਘ ਅਵਾਰਡ ਜਿਹੜਾ ਉਹ ਸਪੈਸ਼ਲ ਅਥਲੀਟ ਨੂੰ ਦਿੱਤਾ ਜਾਊਗਾ, ਜਿਹਦੇ ਵਿੱਚ ਉਹਨੂੰ 5 ਲੱਖ ਰੁਪਈਆ ਕੈਸ਼, ਇੱਕ ਨਾਲ ਟਰੋਫੀ ਮਹਾਰਾਜਾ ਰਣਜੀਤ ਸਿੰਘ ਦੇ, ਇੱਕ ਨਾਲ ਬਲੇਜ਼ਰ। ਇਹ ਬਹੁਤ ਅੱਛਾ ਕੀਤਾ।